ਬਲੂ ਸਟਾਰ ਆਪਰੇਸ਼ਨ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲਾ ਕੀਮਤੀ ਸਮਾਨ ਫੌਜ ਵੱਲੋਂ ਹਾਲੇ ਤੱਕ ਵਾਪਸ ਨਾ ਦੇਣ 'ਤੇ SGPC ਨੇ ਪਹਿਲੀ ਸੂਚੀ ਤਿਆਰ ਕਰ ਲਈ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੇ ਇਸ ਬਾਰੇ ਪਹਿਲਾਂ ਬੈਠਕ ਕੀਤੀ ਅਤੇ ਫਿਰ ਕਮੇਟੀ ਦੇ ਸਕੱਤਰ ਡਾਕਟਰ ਰੂਪ ਸਿੰਘ ਨੇ ਮੀਡੀਆ ਨੂੰ ਚੋਰੀ ਹੋਏ ਕੀਮਤੀ ਗ੍ਰੰਥਾਂ ਅਤੇ ਹੋਰ ਸਾਹਿਤ ਬਾਰੇ ਦੱਸਿਆ। SGPC ਮੁਤਾਬਕ ਹਾਲੇ ਵੀ ਸੈਂਕੜੇ ਹੱਥ ਲਿਖਤ ਪਾਵਨ ਸਰੂਪ ਅਤੇ 11,000 ਤੋਂ ਵੱਧ ਪੁਸਤਕਾਂ ਵਾਪਸ ਨਹੀਂ ਕੀਤੀਆਂ ਗਈਆਂ। ਡਾਕਟਰ ਰੂਪ ਸਿੰਘ ਨੇ ਦੱਸਿਆ ਕਿ ਸੰਨ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਵਿੱਚ ਕੁੱਲ 512 ਪਾਵਨ ਸਰੂਪ ਸਨ। ਇਹਨਾਂ ਵਿੱਚ 205 ਹੱਥ ਲਿਖਤ ਸਰੂਪ ਵੀ ਸ਼ਾਮਲ ਨੇ ਜੋ ਵਾਪਸ ਕਰ ਦਿੱਤੇ ਗਏ ਨੇ ਅਤੇ 300 ਹੱਥ ਲਿਖਤ ਸਰੂਪ ਸਰਕਾਰ ਨੇ ਅਜੇ ਵਾਪਸ ਨਹੀਂ ਕੀਤੇ। ਇਸ ਤੋਂ ਬਿਨਾਂ ਕਰੀਬ 11,107 ਹੱਥ ਲਿਖਤ ਕਿਤਾਬਾਂ ਵੀ ਸਰਕਾਰ ਵੱਲੋਂ ਵਾਪਸ ਨਹੀਂ ਕੀਤੀਆਂ ਗਈਆਂ। ਕਿ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਸੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਰਕਾਰ ਨੇ ਜਿਹੜਾ ਸਾਡਾ ਸਰਮਾਇਆ ਚੁਰਾਇਆ ਉਹ ਸਾਡਾ ਸਾਰਾ ਦਾ ਸਾਰਾ ਵਾਪਸ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ 'ਤੇ ਐਵੇਂ ਪਾਣੀ ਦੇ ਵਿੱਚ ਮਧਾਣੀ ਪਾ ਕੇ ਇਹ ਮੰਗ ਰਿਪੀਟ ਕਰ ਰਹੀ ਆ। ਅੱਜ ਦੀ ਲਿਸਟ ਅਨੁਸਾਰ ਪ੍ਰਤੱਖ ਕਰਨਾ ਚਾਹੁੰਦੇ ਹਾਂ ਕਿ 307 ਪਾਵਨ ਹੱਥ ਲਿਖਤ ਸਰੂਪ ਸਾਡੇ ਉਹਨਾਂ ਰਜਿਸਟਰਾਂ ਅਨੁਸਾਰ ਜਿਹੜਾ ਸਰਕਾਰ ਨੇ ਸਾਨੂੰ ਵਾਪਸ ਕੀਤਾ ਸੀ ਉਹਦੇ ਅਨੁਸਾਰ 300 ਪਾਵਨ ਹੱਥ ਲਿਖਤ ਸਰੂਪ ਜਿਹੜੇ ਆ ਸਾਨੂੰ ਅੱਜ ਤੱਕ ਸਰਕਾਰ ਨੇ ਵਾਪਸ ਨਹੀਂ ਕੀਤੇ, ਜਦੋਂ ਕਿ ਲਿਸਟ ਅਨੁਸਾਰ 205 ਸਰੂਪ ਸਾਨੂੰ ਦਿੱਤੇ ਆ। ਫਿਰ 11,107 ਕਿਤਾਬਾਂ, ਬੇਸ਼ੁਮਾਰ ਜਿਹੜੀਆਂ ਕਿਤਾਬਾਂ ਸੀ, ਹੱਥ ਲਿਖਤ ਸਾਹਿਤ ਸੀ ਸਾਡਾ। ਰੈਫਰੈਂਸ ਲਾਇਬ੍ਰੇਰੀ ਦਾ ਮਤਲਬ ਇਹ ਹੁੰਦਾ ਕਿ ਇਹਦੇ ਨਾਲ ਦੀ ਦੂਜੀ ਕਿਤਾਬ ਕਿਸੇ ਹੋਰ ਲਾਇਬ੍ਰੇਰੀ 'ਚ ਨਹੀਂ ਹੈਗੀ, ਉਹ ਕਿਤਾਬਾਂ ਸਾਨੂੰ ਵਾਪਸ ਨਹੀਂ ਆਈਆਂ। ਸਰਦਾਰ ਕੁਲਵੰਤ ਸਿੰਘ ਜੀ ਰੰਧਾਵਾ ਜਿਹੜੇ ਸੈਕਟਰੀ ਰਹੇ ਸੀ ਇਹਨਾਂ ਨੇ ਸਪਸ਼ਟ ਕੀਤਾ ਕਿ ਜਿਹੜੀ ਵਸੂਲੀ ਲਿਸਟ 'ਤੇ ਆ ਉਹ ਮੇਰੀ ਆ, ਮੈਂ ਸਰਦਾਰ ਭਾਨ ਸਿੰਘ ਦੇ ਸਾਈਨਾਂ ਤੋਂ ਬਾਅਦ ਕੀਤੇ ਸੀ। ਸਰਦਾਰ ਬਲਬੀਰ ਸਿੰਘ ਨੇ ਸਪਸ਼ਟ ਕੀਤਾ ਲਾਇਬ੍ਰੇਰੀਅਨ ਨੇ ਕਿ ਇਹ ਸਾਨੂੰ ਜਿਹੜਾ ਸਮਾਨ ਸੀ ਸਾਡੇ ਪਾਸ ਉੱਥੇ ਕਮਰੇ 'ਚ ਹੇਠਲੇ ਕਮਰੇ 'ਚ ਆ ਗਿਆ ਸੀ। ਰਹੀ ਗੱਲ ਜਿਹੜਾ ਬਹੁਤ ਹੀ ਖਤਰਨਾਕ ਸਾਡੇ ਬਾਰੇ ਸਟੇਟਮੈਂਟ ਲੱਗੀ, ਉਹਦੇ ਵਿੱਚ ਕੁਝ ਸ਼ਖਸੀਅਤਾਂ ਦੇ ਨਾਂ ਵੀ ਆਏ ਕਿ ਪਾਵਨ ਸਰੂਪ ਜਿਹੜਾ ਸੀ ਉਹ ਇੰਗਲੈਂਡ ਦੇ ਵਿੱਚ ਵੇਚਿਆ ਗਿਆ, ਅਮੈਰੀਕਾ ਦੇ ਵਿੱਚ ਵੇਚਿਆ ਗਿਆ। ਇਹ ਬਹੁਤ ਸਾਡੀ ਬਦਕਿਸਮਤੀ ਆ। ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਵੀ ਦੋਸ਼ੀ, ਇਹਦੇ ਲਈ ਇੱਕ ਹਾਈ ਪਾਵਰ ਕਮੇਟੀ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰੱਸਟੀ ਵੀ ਹੋਣਗੇ, ਹੱਥ ਲਿਖਤਾਂ ਦੇ ਮਾਹਰ ਵੀ ਹੋਣਗੇ, ਉਹ ਬੰਦੇ ਜਿਹੜੇ ਲਾਇਬ੍ਰੇਰੀਆਂ ਦੀ ਰੱਖ ਰਖਾਵ ਕਰਦੇ ਨੇ ਉਹ ਵੀ ਹੋਣਗੇ, ਅਤੇ ਇਹ ਪੜਤਾਲ ਜਿਹੜੀ ਆ ਵੱਖਰੇ ਤੌਰ 'ਤੇ ਕਰਕੇ ਪ੍ਰਧਾਨ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਹਾਈ ਪਾਵਰ ਕਮੇਟੀ ਜਿਹੜੀ ਆ ਉਹ ਬਣਾ ਕੇ ਇਹਦੀ ਪੜਤਾਲ ਕਰਨ। ਹਾਂ, ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜੇ ਕੋਈ ਪੰਥ ਦੋਖੀ ਇਸ ਕੇਸ ਦੇ ਵਿੱਚ ਪਾਇਆ ਜਾਂਦਾ ਵਾ, ਦੋਸ਼ੀ ਪਾਇਆ ਜਾਂਦਾ ਵਾ, ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕ੍ਰਿਮੀਨਲ ਕੇਸ ਦਰਜ ਕਰਾਏਗੀ। 1984 ਤੋਂ ਪਹਿਲਾਂ ਲੈ ਕੇ ਅੱਜ ਤੱਕ 85 ਪੱਤਰਕਾਵਾਂ ਸਮੇਂ ਸਮੇਂ ਲਿਖ ਚੁੱਕੇ ਹਾਂ, ਵੱਖ ਵੱਖ ਡੈਪੂਟੇਸ਼ਨ ਸਾਡੇ ਮਿਲਦੇ ਰਹੇ ਨੇ, ਰਾਸ਼ਟਰਪਤੀ ਨੂੰ ਵੀ, ਡਿਫੈਂਸ ਮਿਨਿਸਟਰ ਨੂੰ ਵੀ, ਹੋਮ ਮਿਨਿਸਟਰ ਨੂੰ ਵੀ। ਉਹ ਜਾਰੀ ਰਹੇਗਾ ਕਿਉਂਕਿ ਸਾਡਾ ਸਾਹਿਤਕ ਸਰਮਾਇਆ ਕੰਪਲੀਟ ਰੂਪ 'ਚ ਸਾਨੂੰ ਵਾਪਸ ਨਹੀਂ ਆਇਆ।